मुख्यमंत्री भगवंत मान आज रखड़ी का त्यौहार मौके महिलाओं ने एक वड्डा तोहफा देने जा रहे ने। अमृतसर पहुंचे ने, गुरु की नगरी अमृतसर पहुंचे ने। गुरुद्वारा श्री बाबा बकाला दे विच मुख्यमंत्री भगवंत मान पहुंच चुके ने। मुख्यमंत्री भगवंत मान महिलाओं नु एक रखड़ी का खास तोहफा देने जा रहे ने। गुरुद्वारा श्री बाबा बकाला विखे नतमस्तक होणगे मुख्यमंत्री ते कैबिनेट मंत्री कुलदीप सिंह धालीवाल अते मंत्री हरभजन सिंह उन्हां दे नाल मौजूद ने। मुख्यमंत्री ने महिलाओं नु रखड़ी का तोहफा देना है। 5704 आंगनबाड़ी वर्कर ते हेल्परां नु आज नियुक्ति पत्र तकसीम हो जाणगे। गुरु नानक देव यूनिवर्सिटी दे विच सूबा पद्धरी समागम का भी प्रबंध किया गया। दस दिए कि पिछले साल रखड़ी के त्यौहार मौके मुख्यमंत्री ने नवीं भर्तियां का ऐलान किया। परमवीर साडे नाल साडे सहयोगी जुड़ चुके ने। परमवीर, मुख्यमंत्री भगवंत मान उत्थे पहुंच चुके ने, होर कौन कौन उन्हां दे नाल ने मौजूद, और महिलावां नूं किहड़ा वड्डा रखड़ी का तोहफा देण जा रहे ने, और महिलावां दे अंदर किन्नी खुशी? देखो गगन, ने तस्वीरां जिहड़ियां ने सामने आ चुकियां ने कि भगवंत मान सीएम पंजाब बाबा बकाला दी धरती ते पहुंच चुके ने। उत्थे जाके नतमस्तक होणगे, गुरु घर दे विच मत्था टेकणगे, क्योंकि रखड़ पुन्निआं दा मेला जिहड़ा हैगा उह बाबा बकाला दे विच लगदा है, काफी लंबे समय तों लगदा आ रिहा है। तां सभ तों पहिलां उत्थे नतमस्तक होणा है, तां बाबा बकाला उह पहुंच चुके ने। तां उस तों बाद असीं कह सकदे हां कि आंगनवाड़ी वर्कर जिहड़े हैगे ने उन्हां नूं नियुक्ति पत्र वंडे जाणे ने, जिहड़े हैल्पर हैगे ने, क्योंकि जेकर असीं गल करिए कोरोना काल दी तां वड्डे समें ਦੇ ਵਿੱਚ ਜਿਹੜੇ ਆਂਗਨਵਾੜੀ ਵਰਕਰ ਸੀਗੇ ਇਹਨਾਂ ਨੇ ਕਾਫੀ ਸੇਵਾ ਕੀਤੀ ਸੀਗੀ। ਸੋ ਕਿਤੇ ਨਾ ਕਿਤੇ ਇਹਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਇੱਕ ਰੱਖੜੀ ਦੇ ਤੋਹਫੇ ਵਜੋਂ ਵੀ ਦੇਖਿਆ ਜਾ ਰਿਹਾ ਹੈ, ਕਿਉਂਕਿ ਮਹਿਲਾਵਾਂ ਲਈ ਬਹੁਤ ਵੱਡਾ ਤਿਉਹਾਰ ਹੁੰਦਾ ਹੈ ਜਿਹੜਾ ਰੱਖੜੀ ਦਾ ਤਿਉਹਾਰ ਹੁੰਦਾ ਹੈ। ਤਾਂ ਅੱਜ ਜਿਹੜਾ ਹੈ ਮਹਿਲਾਵਾਂ ਨੂੰ ਤੋਹਫਾ ਦਿੱਤਾ ਜਾਣਾ ਹੈਗਾ। ਤਕਰੀਬਨ ਅੱਧੇ ਕੁ ਘੰਟੇ ਦੇ ਵਿੱਚ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਪਹੁੰਚਣਗੇ, ਤੇ ਆਂਗਨਵਾੜੀ ਵਰਕਰ ਜਿਹੜੇ ਨੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਨੇ, ਤੇ ਉਹਨਾਂ ਨੂੰ ਜਿਹੜੇ ਅਸੀਂ ਕਹਿ ਲਈਏ ਨਿਯੁਕਤੀ ਪੱਤਰ ਹੈਗੇ ਨੇ ਉਹ ਮੰਡੇ ਜਾਣੇ ਹੈਗੇ ਨੇ। ਸੋ ਬਾਬਾ ਬਕਾਲਾ ਸਾਹਿਬ ਮੱਥਾ ਟੇਕਣਾ ਹੈਗਾ, ਰੱਖੜ ਪੁੰਨਿਆਂ ਦਾ ਮੇਲਾ ਉੱਥੇ ਲੱਗਦਾ ਹੈਗਾ, ਤਾਂ ਅੱਜ ਜਿਹੜਾ ਇੱਥੇ ਆ ਕੇ ਨਤਮਸਤਕ ਹੋਣ ਜਾ ਰਹੇ ਨੇ ਜੀ। ਜੀ, ਔਰ ਇਸ ਨੂੰ ਇੱਕ ਅੱਜ ਦੇ ਇੱਕ ਖਾਸ ਇਤਿਹਾਸਿਕ ਤਿਉਹਾਰ ਦੇ ਮੌਕੇ ਤੇ ਇੱਕ ਵੱਡਾ ਤੋਹਫਾ ਇਸ ਨੂੰ ਮੰਨਿਆ ਜਾ ਸਕਦਾ, ਇਤਿਹਾਸਿਕ ਤੋਹਫਾ ਇਸ ਨੂੰ ਮੰਨਿਆ ਜਾ ਸਕਦਾ ਕਿ ਬੇਰੁਜ਼ਗਾਰੀ ਨੂੰ ਦੂਰ ਕਰਨ ਦੇ ਲਈ ਸਰਕਾਰ ਨੇ ਇੱਕ ਕਦਮ ਹੋਰ ਅੱਗੇ ਵਧਾ ਦਿੱਤਾ। ਦੇਖੋ ਗਗਨ, ਜਦੋਂ ਜਦੋਂ ਕੋਈ ਨਾ ਕੋਈ ਤਿਉਹਾਰ ਆਉਂਦਾ ਹੈਗਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈਗੀ ਉਹਨਾਂ ਦੀ ਇਹੀ ਇੱਕ ਚਾਹੁੰਦੀ ਹੈ ਕਿ ਕਿਸੇ ਨਾ ਕਿਸੇ ਵਰਗ ਨੂੰ ਖੁਸ਼ ਕੀਤਾ ਜਾਵੇ, ਚਾਹੇ ਅਸੀਂ ਕਿਸਾਨੀ ਨੂੰ ਲੈ ਕੇ ਕਹਿ ਲਈਏ, ਚਾਹੇ ਅਸੀਂ ਮਜ਼ਦੂਰਾਂ ਨੂੰ ਲੈ ਕੇ ਕਹਿ ਲਈਏ, ਚਾਹੇ ਅਸੀਂ ਟੀਚਰ ਸਾਹਿਬਾਨ ਨੂੰ ਲੈ ਕੇ ਕਹਿ ਲਈਏ, ਚਾਹੇ ਅਸੀਂ ਆਂਗਨਵਾੜੀ ਵਰਕਰ ਜੇਕਰ ਗੱਲ ਕਰੀਏ ਤਾਂ ਉਹਨਾਂ ਦੀ ਆਵਾਜ਼ ਆ ਰਹੀ ਹੈ, ਤਾਂ ਉਹਨਾਂ ਨੂੰ ਅਜੇ ਤੋਹਫਾ ਦਿੱਤਾ ਜਾਣਾ ਹੈਗਾ। ਜਿਸ ਦੇ ਵਿੱਚ ਕਈ ਆਂਗਨਵਾੜੀ ਵਰਕਰ ਹੈਗੇ ਨੇ, ਪੱਤਰ ਜਿਹੜੇ ਹੈ ਉਹਨਾਂ ਨੂੰ ਅੱਜ ਵੰਡਣ ਜਾਣੇ ਹੈਗੇ ਨੇ, ਇੱਕ ਤੋਹਫੇ ਵਜੋਂ ਅਸੀਂ ਕਹਿ ਸਕਦੇ ਹਾਂ, ਖੁਸ਼ੀ ਦੀ ਲਹਿਰ ਅਸੀਂ ਉਹਨਾਂ ਦੇ ਵਿੱਚ ਜ਼ਰੂਰ ਦੇਖ ਸਕਦੇ ਹਾਂ ਜੀ। ਜੀ, ਔਰ ਇਸ ਵੇਲੇ ਮੁੱਖ ਮੰਤਰੀ ਕਿੱਥੇ ਪਹੁੰਚੇ ਹੋਏ ਨੇ? ਤਸਵੀਰਾਂ ਸਾਹਮਣੇ ਆਈਆਂ ਨੇ, ਕੁਲਦੀਪ ਤਸਵੀਰਾਂ ਤੁਸੀਂ ਦੇਖੀਆਂ ਹੋਣਗੀਆਂ, ਮੰਤਰੀ ਵੀਡੀਓ ਸਾਹਮਣੇ ਦੇਖੀਆਂ ਹੋਣੀਆਂ ਕਿ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ। ਬਾਬੇ ਬਕਾਲਾ ਸਾਹਿਬ ਉਹ ਚੌਪਰ ਦੇ ਥਰੂ ਪਹੁੰਚੇ ਹੋਏ ਨੇ, ਤਾਂ ਚੌਪਰ ਤੋਂ ਉਤਰਨ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਤੱਕ ਸਾਹਮਣੇ ਆ ਚੁੱਕੀਆਂ ਨੇ ਜੀ। ਔਰ ਜਿਹੜਾ ਸਮਾਗਮ ਹੈ ਜੀਐਨਡੀਯੂ ਦੇ ਵਿੱਚ, ਉਹ ਕਿੰਨੇ ਵਜੇ ਦਾ ਸਮਾਂ ਹੈ ਉਹਦਾ? ਦੇਖੋ 1:30 ਵਜੇ ਦਾ ਸਮਾਗਮ ਹੈ ਜਿਹੜਾ ਰੱਖਿਆ ਗਿਆ ਹੈਗਾ, ਸੋ 1:30 ਵਜੇ ਦੇ ਕਰੀਬ ਇਹ ਸਮਾਗਮ ਰੱਖਿਆ ਸੀਗਾ, ਪਰ ਕੁਝ ਦੇਰੀ ਜਿਹੜੀ ਹੈ ਇਸ ਦੇ ਵਿੱਚ ਹੋ ਰਹੀ ਹੈ, ਤਾਂ 2:30 ਵਜੇ ਦਾ ਸਮੇਂ ਤੱਕ ਜਿਹੜੇ ਆਂਗਨਵਾੜੀ ਵਰਕਰ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਜਿਹੜੇ ਆ ਵੰਡੇ ਜਾਣੇ ਹੈਗੇ ਨੇ। ਤਾਂ ਭਗਵੰਤ ਮਾਨ ਜਿਹੜੇ ਆ ਕੁਝ ਸਮੇਂ ਤੱਕ ਇੱਥੇ, ਉਸ ਨੂੰ ਮੱਥਾ ਟੇਕ ਕੇ ਬਾਬਾ ਬਕਾਲਾ ਦੀ ਧਰਤੀ ਤੋਂ ਫਿਰ ਇੱਥੇ ਆ ਕੇ ਆਂਗਨਵਾੜੀ ਵਰਕਰ ਜਿਹੜੇ ਨੇ ਉਹਨਾਂ ਨੂੰ ਮਿਲਣਗੇ ਜੀ। ਹੈਲਪਰਾਂ ਦੇ ਆਂਗਨਵਾੜੀ ਵਰਕਰ ਜਿਨ੍ਹਾਂ ਨੂੰ ਅਪੁਆਇੰਟਮੈਂਟ ਲੈਟਰਸ ਦਿੱਤੇ ਜਾਣਗੇ, ਕਿੰਨੀ ਕੁ ਖੁਸ਼ੀ ਉਹਨਾਂ ਦੇ ਅੰਦਰ? ਦੇਖੋ ਜੇਕਰ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਇੱਥੇ ਹੀ ਇਹ ਪ੍ਰੋਗਰਾਮ ਰੱਖਿਆ ਗਿਆ ਹੈਗਾ, ਤਾਂ ਰੱਖੜੀ ਦੇ ਤਿਉਹਾਰ ਮੌਕੇ ਜਿਹੜੇ ਹੈ ਸਾਰੀਆਂ ਦੇ ਸਾਰੀਆਂ ਆਂਗਨਵਾੜੀ ਜਿਹੜੇ ਵਰਕਰ ਹੈਗੇ ਨੇ ਉਹ ਜੀ ਫੀਲ ਹੁੰਦਾ ਹੈ, ਹੋਰ ਵੀ ਬੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਬੱਚਿਆਂ ਨੂੰ ਹੈਂਡਲ ਕਰਨੀਆਂ ਹੁੰਦੀਆਂ ਨੇ, ਸੋ ਆਂਗਨਵਾੜੀ ਵਰਕਰ ਜਿਹੜੇ ਹੈ ਇਸ ਦੇ ਵਿੱਚ ਅੱਗੇ ਆ ਕੇ ਸ਼ਮੂਲੀਅਤ ਕਰਦੇ ਹੈਗੇ ਨੇ, ਤਾਂ ਅੱਜ ਉਹਨਾਂ ਨੂੰ ਹੀ ਇੱਕ ਤੋਹਫਾ ਅਸੀਂ ਕਹਿ ਸਕਦੇ ਹਾਂ ਵੱਡਾ ਜਿਹੜਾ ਹੈ ਮਿਲਣ ਜਾ ਰਿਹਾ ਹੈਗਾ। ਦੇਖੋ ਜ਼ਿੰਦਗੀ ਦੇ ਵਿੱਚ ਇਹ ਕੀ ਇੱਕ ਵੱਡਾ ਤੋਹਫਾ ਹੁੰਦਾ ਕਿ ਉਸਦੀ ਜਿਹੜੀ ਨੌਕਰੀ ਹੈ ਉਹ ਪੱਕੀ ਹੋ ਜਾਏ, ਉਹਨਾਂ ਨੂੰ ਨਿਯੁਕਤੀ ਪੱਤਰ ਜਿਹੜੀਆਂ ਮਿਲ ਜਾਣ, ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਬੜੇ ਲੰਬੇ ਸਮੇਂ ਤੋਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਨੇ, ਪਰ ਕਈ ਸਰਕਾਰਾਂ ਨੇ ਜੀ ਪਰਮ ਤੁਹਾਡੀ ਆਵਾਜ਼ ਬ੍ਰੇਕ ਹੋ ਰਹੀ ਹੈ, ਦੁਬਾਰਾ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਰੱਖੜੀ ਦਾ ਇੱਕ ਤੋਹਫਾ ਜੋ ਹੈ ਦੇਣ ਜਾ ਰਹੇ ਨੇ ਆਂਗਨਵਾੜੀ ਵਰਕਰਾਂ ਤੋਂ ਹੈਲਪਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ, ਬਹੁਤ ਹੀ ਜਲਦ ਉਹਨਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ ਜਾਣਗੇ। ਔਰ ਇਸ ਦੇ ਨਾਲ ਹੀ ਇਸ ਨੂੰ ਅਸੀਂ ਮੰਨ ਸਕਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣਾ ਕੀਤਾ ਇੱਕ ਹੋਰ ਵਾਅਦਾ ਪੂਰਾ ਕਰਨ ਦੇ ਲਈ ਕਦਮ
एक होर अगे वधा दिता गया है। मुख्यमंत्री भगवंत मान महिलावां नूं रखड़ी का तोहफा देणगे। 5704 आंगनवाड़ी वर्करां नूं ते हैल्पर्स नूं नियुक्ति पत्र तकसीम किए जाएंगे। और 1:30 बजे का हालांकि वक्त सी GNDU दे विच इह सूबा पद्धरी समागम का प्रबंध किया जाना है। जाहिर जी कल एक वड्डी गिनती दे विच आंगनवाड़ी वर्कर ते हैल्पर उत्थे पहुंचे हुए ने और बेसब्री दे नाल मुख्यमंत्री भगवंत मान का उत्थे इंतजार किया जा रहा है। नियुक्ति पत्र किस वेले तकसीम किए जाएंगे इंतजार हो रहा है मुख्यमंत्री का। फिलहाल बाबा बकाला गुरुद्वारा साहब नतमस्तक होने के लिए मुख्यमंत्री भगवंत मान पहुंचे हुए ने और खास एक वड्डा इरादा लैके मुख्यमंत्री भगवंत मान इत्थे पहुंचे ने क्योंकि मुख्यमंत्री भगवंत मान जो ने वादा जो उन्होंने किया बेरोजगारी दूर करन दा होर ज्यादा नौकरियां देन दा कई आंगनवाड़ी वर्कर ते हैल्पर बड़े काफी लंबे समय तो इस दिन का इंतजार कर रहे सन।